ਲਾ ਰਿਹਾ ਮੋਟਰਸਾਈਕਲ ਪਾਸੇ, ਉੱਧਰ ਜਾ ਟਰੈਕਟਰ ਤੋਂ ਲਾ ਰਿਹਾ ਖੜੇ, ਤੇਰੇ ਸ਼ਰਾਬ ਪੀਤੀ ਹੈ ਕਿਸੇ ਨੂੰ ਥੱਲੇ ਦੇ ਦੂਗਾ। ਕਰਦੇ ਕਿ ਨਹੀਂ ਕਰਦੇ ਪੁਲਿਸ ਵਾਲੇ? ਨਹੀਂ ਪੀਣੀ ਚਾਹੀਦੀ ਸ਼ਰਾਬ। ਮਗਰ ਮੈਂ ਪੁਲਿਸ ਵਾਲੇ ਵੀਰਾਂ ਨੂੰ ਵੀ ਪੁੱਛਦਾ, ਇਹ ਦੋ ਦੋ ਬੋਤਲਾਂ ਸ਼ਰਾਬ ਦੀਆਂ ਪੀ ਕੇ ਭਗਵੰਤ ਮਾਨ ਸੂਬਾ ਚਲਾਈ ਫਿਰਦਾ, ਇਹਦਾ ਚਲਾਨ ਤੁਸੀਂ ਕਦੋਂ ਕੱਟਣਾ? ਇਹਦੇ ਲਈ ਕਾਨੂੰਨ ਵੱਖਰਾ ਬਣਿਆ ਦੇਸ਼ ਚ? ਇਹ ਖਾ ਪੀ ਕੇ ਖਾਧੀ ਪੀਤੀ ਚ ਦੱਬੀ ਉਹਦਾ ਕਿੱਲੀ ਜਿੱਦਣ ਮਰਜ਼ੀ ਨੂੰ, ਤੇ ਸਾਧ ਸੰਗਤ ਜੀ ਉਹਨਾਂ ਦਾ ਕੋਈ ਚਲਾਨ ਨੀ ਕਰਦਾ, ਤੇ ਨੁਕਸਾਨ ਕਿਹਦਾ ਹੋਣਾ, ਕੁੰਡਾ ਕਿਹਦਾ ਹੋਣਾ? ਸਾਧ ਸੰਗਤ ਜੀ ਪੰਜਾਬ ਦਾ ਹੋਣਾ। ਆ ਮੈਨੂੰ ਪਤਾ ਮੇਰੇ ਭਾਸ਼ਣ ਤੋਂ ਬਾਅਦ ਮਿਰਚਾਂ ਬੜੀਆਂ ਲੱਗਣੀਆਂ। ਮੈਂ ਮੇਰੇ ਵੀਰੋ ਮੈਂ ਇੱਕ ਅਗਲੀ ਗੱਲ ਕਰਦਾ, ਬੰਦੇ ਦੇ ਕਿਰਦਾਰ ਦੀ ਗੱਲ ਕਰੂੰ ਅੱਜ ਮੈਂ ਕੱਲੀ, ਜਿਹੜੇ ਬਦਲਾਵ ਲਾਉਂਦੇ ਅੱਜ। ਵੈਸੇ ਸੋਸ਼ਲ ਮੀਡੀਆ ਚ ਵਧੀਆ ਚੱਲਦਾ ਰਾਣੇ, ਕਹਿੰਦੇ ਬਦਲਾਵ ਦਾ ਮਤਲਬ ਕਿ ਆਪ ਦੀ ਗੱਲ ਕਹਿ ਕੇ ਮੁੜ ਕੇ ਬਦਲ ਜੋ, ਮੁੱਕਰ ਜੋ, ਬਦਲਾਵ ਤਾਂ ਲੱਗਦਾ ਹੋ ਜਾ। ਕਹਿੰਦੇ ਹਜ਼ਾਰ ਰੁਪਏ ਦੇਵਾਂਗੇ ਧੀ ਭੈਣ, 2500 ਪੈਨਸ਼ਨ ਦੇਵਾਂਗੇ, 51,000 ਸ਼ਗਨ ਸਕੀਮ ਦੇਵਾਂਗੇ, ਨਵੇਂ ਸਕੂਲ ਕਾਲਜ ਹਸਪਤਾਲ ਖੋਲਾਂਗੇ। ਖੁੱਲ ਗਏ ਰਾਜਾ ਸੰਸੀ ਵਾਲਿਓ, ਆ ਚੁੱਪ ਜੇ ਕੀਤੇ ਮੈਨੂੰ ਲੱਗਦਾ ਦੇ ਗਿਆ ਕੋਈ ਨਾ ਕੋਈ ਟਮਾਤਰ, ਪਹਿਲਾਂ ਵੀ ਵੱਧ ਹੋ ਗਏ ਆ। ਹੋਰ ਤਾਂ ਇਹ ਹੈ ਕਿ ਬਿਮਾਰ ਕੋਈ ਨਾ ਹੋਵੇ, ਨਹੀਂ ਤਾਂ ਸਵਾਰੀ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ। ਮੇਰੇ ਵੀਰੋ ਬੰਦ ਹੈ ਸਕੂਲ, ਬੰਦ ਕਾਲਜ, ਬੰਦ ਹਸਪਤਾਲ, ਬੰਦ, ਮਗਰ ਮੁੱਖ ਮੰਤਰੀ ਨੇ ਖੋਲਿਆ ਕਿ ਆਪਦੀ ਸਭ ਤੋਂ ਮਨ ਪਸੰਦ ਚੀਜ਼ ਸ਼ਰਾਬ ਦੇ ਠੇਕੇ, 3000 ਨਵੇਂ ਠੇਕੇ ਖਲੋਤ ਦੇ ਪਿਓ ਦੇ ਪੁੱਤ ਨੇ, ਤੇ ਬੜੇ ਘਾਰ ਨਾਲ ਕਹਿੰਦਾ, ਕਹਿੰਦਾ ਠੇਕਿਆਂ ਚੋਂ ਜਿੰਨੀ ਪੰਜਾਬ ਦੀ ਆਮਦਨ ਵੱਧ ਗਈ ਉਨੀ ਪਹਿਲਾਂ ਕਦੇ ਵਧੀ ਨੀ, ਹੁਣ ਵਧਣੀ ਸੀ। ਜਦੋਂ ਤੇਰੇ ਵਰਗਾ ਸਵੇਰੇ ਹੀ ਲਾ ਲੈਂਦਾ ਤੇ ਆਮਦਨ ਘੱਟਣੀ ਸੀ, ਐਕਸਾਈਜ਼ ਵਧਣੀ ਸੀ। ਪਰ ਮੇਰੇ ਵੀਰੋ ਇਹ ਪੰਜਾਬ ਚ ਹਾਲ ਵੇਖੋ, ਬਾਦਲ ਸਾਹਿਬ ਤੁਸੀਂ ਚੀਮਾ ਸਾਹਿਬ ਨੂੰ ਕੈਂਡੀਡੇਟ ਦਾ ਉਤਾਰ ਤਾ, ਮੈਂ ਕੱਲ ਮਿਲਿਆ ਸੀ ਦਲਜੀਤ ਸਿੰਘ ਚੀਮਾ ਸਾਹਿਬ ਨੂੰ ਗੁਰਦਾਸਪੁਰ, ਉਹ ਮੈਂ ਵੇਖਿਆ ਦੀਨਾ ਨਗਰ ਜਾਣ ਤੋਂ ਡਰਦੇ ਆ। ਮੈਂ ਕਿਹਾ ਉੱਥੇ ਕੀ ਚੱਕਰ ਆ ਦੀਨਾ ਨਗਰ ਨੂੰ ਨੀ ਜਾਂਦੇ? ਕਹਿੰਦੇ ਅੱਗੇ ਕਟਾਰੂ ਚੱਕਰ ਹੁੰਦਾ, ਬੰਦਾ ਕਰੇ ਕੀ? ਉਧਰ ਕਟਾਰੂ ਚੱਕ, ਇਧਰ ਉਹ ਦੂਜਾ ਆ ਪੱਟੀ ਵਾਲਾ ਕੀ ਮੋਦਾ ਹੈ ਲਾਲ ਜੀ ਭੁੱਲਰ, ਵੇਖੋ ਉਹਦਾ ਭਾਸ਼ਣ ਕਹਿੰਦਾ ਜੀ ਸੁਣਿਆਰੇ ਭਾਈਚਾਰੇ ਨੂੰ, ਜੱਸਾ ਸਿੰਘ ਰਾਮਗੜੀਆ ਸਾਹਿਬ ਨੂੰ, ਰਾਮਗੜੀਆ ਭਾਈਚਾਰੇ ਨੂੰ, ਉਹਨਾਂ ਬਾਰੇ ਜਿਹੜੀ ਸ਼ਬਦਾਵਲੀ ਕੋਈ ਵਜ਼ੀਰ ਵਰਤੇ ਜਿਹਦੇ ਤੇ ਪੰਜਾਬ ਨੂੰ ਦੇਸ਼ ਦੁਨੀਆਂ ਨੂੰ ਮਾਣ ਹੈ। ਸਾਧ ਸੰਗਤ ਜੀ ਜਿਹੜਾ ਇਹ ਜਿਹੀਆਂ ਗਾਲਾਂ ਕੱਢੇ, ਅੱਜ ਉਹ ਵਜ਼ੀਰਾਂ ਉੱਤੇ ਐਕਸ਼ਨ ਕੋਈ ਨੀ, ਜੇ ਹੋਰ ਕਿਸੇ ਨੇ ਇਹ ਜੀ ਗੱਲ ਕਹੀ ਹੁੰਦੀ ਤੇ ਉੱਤੇ ਪਰਚਾ ਪੜਦਾ। ਆ ਇਹਨਾਂ ਦਾ ਇੱਕ ਹੋਰ ਮੰਤਰੀ, ਉਹਦੀ ਵੀਡੀਓ ਬਾਦਲ ਸਾਹਿਬ ਗੁੱਸਾ ਨਾ ਕਰਿਓ, ਆ ਮੈਂ ਗਵਰਨਰ ਸਾਹਿਬ ਨੂੰ ਦੇ ਕੇ ਆਇਆ ਬਲਕਾਰ ਸੋ ਦੀ ਵੀਡੀਓ, ਮੈਨੂੰ ਤਾਂ ਸਮਝ ਨੀ ਆਈ, ਮੈਨੂੰ ਸੀਗਾ ਕੋਈ ਕਾਰਵਾਈ ਹੋ। ਨਹੀਂ ਜੋਸ਼ੀ ਸਾਹਿਬ ਤੁਸੀਂ ਨੀ ਵੇਖ ਸਕਦੇ, ਬਾਹਲੀ ਖਤਰਨਾਕ ਹੈ, ਮੈਂ ਵੇਖ ਕੋਈ ਵੀ ਨੀ ਸਕਦਾ, ਮਗਰ ਮੈਂ ਵੀਡੀਓ ਦੀ ਗੱਲ ਦੱਸਦਾ। ਮੈਨੂੰ ਕਈ ਪੁੱਛਦੇ ਯਾਰ ਤੂੰ ਵੀਡੀਓ ਦੇ ਕੇ ਆਇਆ ਸੀ ਬਲਕਾਰ ਸੋ ਦੀ ਕੀ ਬਣਿਆ? ਮੈਂ ਕਿਹਾ ਬਣਨਾ ਕੀ ਹੈ, ਗਵਰਨਰ ਨੂੰ ਦੇ ਕੇ ਆਇਆ ਕਿ ਕੋਈ ਕਾਰਵਾਈ ਕਰੂਗਾ? ਜਾਂ ਤਾਂ ਗਵਰਨਰ ਸਾਹਿਬ ਨੂੰ ਮਨ ਪਸੰਦ ਆ ਗਈ ਹੈ, ਕੀ ਚੱਕਰ ਹੋ ਗਿਆ ਉਹ ਦੱਸ ਸਕਦੇ ਆ? ਉਹ ਵੀਡੀਓ ਦੱਬ ਕੇ ਬਹਿ ਕੇ ਤਦੇ ਮੈਂ ਕਿੰਨਾ ਗੱਠਜੋੜ ਆ। ਵੈਸੇ ਤਾਂ ਗਵਰਨਰ ਸਾਹਿਬ ਦੀ ਵੀ ਕੋਈ ਸਤਿਕਾਰਯੋਗ ਨੇ ਹਿੰਮਤ ਹੀ ਆ, ਕੱਲਾ ਪਹਿਲਾਂ ਖਹਿਰਾ ਸਾਹਿਬ ਕੋਈ ਵੀਡੀਓ ਦੇ ਆਏ, ਹੁਣ ਮੈਂ ਦਿਆ, ਉਹ ਵੀ ਕਹਿੰਦਾ ਹੋਣਾ ਮੈਨੂੰ ਕਿਸੇ ਜੀ ਉਮਰ ਚ ਕਿਸੇ ਜੀ ਕਹੀ ਜੀ ਵੀਡੀਓ ਵੇਖਣ ਨੂੰ ਪਏ। ਇਹ ਤਾਂ ਖਤਰਨਾਕ ਕੰਮ, ਮਗਰ ਬਦਲਾਵ ਆ ਮੇਰੇ ਵੀਰੋ। ਦੇਖੋ ਕੋਈ ਸ਼ਰਾਬ ਪੀ ਕੇ ਤਖ਼ਤ ਸਾਹਿਬ ਜਾਵੇ, ਸ਼ਰਾਬ ਪੀ ਕੇ ਪਾਰਲੀਮੈਂਟ ਜਾਵੇ, ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਚ ਜਾਵੇ, ਦੱਸੋ ਮੈਂ ਤੁਹਾਨੂੰ ਪੁੱਛਦਾ ਚਾਹੁੰਦਾ ਮਾਝੇ ਦੇ ਜੰਮੇ ਲੋ ਤੁਸੀਂ
ਕੀ ਇਹ ਤੇ ਬੰਦੇ ਨੂੰ ਪਿੰਡ ਚ ਰਹਿਣ ਦਿਓਗੇ, ਮੂੰਹ ਲਾਓਗੇ ਕਿ ਨਹੀਂ ਲਾਓਗੇ? ਦੱਸੋ ਜਿਹੜਾ ਬੰਦਾ ਭਗਵੰਤ ਮਾਨ ਪੰਜਾਬ ਚ ਤੁਰਿਆ ਫਿਰਦਾ, ਅੱਜ ਮੌਕਾ ਆਇਆ, ਇਹਨੂੰ ਕੁਛ ਕਹਿਣ ਦੀ ਲੋੜ ਨਹੀਂ, ਅੱਜ ਵੋਟਾਂ ਤੋਂ ਪਾ ਕੇ ਸਬਕ ਸਿਖਾਉਣ ਦਾ ਮੌਕਾ ਆਇਆ। ਮੇਰੇ ਵੀਰੋ, ਜਿਹੜੀ ਦੇਖੋ ਸਭ ਤੋਂ ਪਵਿੱਤਰ ਰਿਸ਼ਤਾ ਇੱਕ ਬੇਟੀ ਦਾ ਆਪਦੇ ਬਾਪ ਨਾਲ ਹੁੰਦਾ, ਬਾਪ ਮੁੱਖ ਮੰਤਰੀ ਹੋਵੇ। ਬੇਟੀ ਸੀਰਤ ਕੌਰ ਇਹ ਕਹਿੰਦੀ ਹੈ ਕਿ ਮੈਨੂੰ ਸ਼ਰਮ ਆਉਂਦੀ ਹੈ ਭਗਵੰਤ ਮਾਨ ਨੂੰ ਆਪਦਾ ਬਾਪ ਕਹਿੰਦੇ ਹਨ, ਕਹਿੰਦੇ ਮੇਰਾ ਬਾਪ ਨਹੀਂ, ਮੈਂ ਇਹਦੀ ਬੇਟੀ ਨਹੀਂ। ਮੇਰੇ ਵੀਰੋ, ਜਦ ਇਹ ਹਾਲਾਤ ਬਣ ਜਾਣ ਮੁੱਖ ਮੰਤਰੀ ਦੇ, ਤੇ ਉਹਦੇ ਤੋਂ ਕਿਹੜੀ ਆਸ ਰੱਖਦੇ? ਇਹਨਾਂ ਦੀ ਹੋਰ ਬੀਬੀ ਆ ਅਨਮੋਲ ਗਗਨ, ਉਹ ਕਹਿੰਦੀ ਮੋਦੀ ਤਾਂ MSP ਦਿੰਦਾ ਨੀ, ਕੈਪਟਨ ਤਾਂ MSP ਦਿੰਦਾ ਨੀ, ਐ ਮਾਰਦੀ ਸੀ ਚੁੱਟਦੀਆਂ, ਐ ਕਹਿੰਦਾ ਸਾਨੂੰ ਦਿਓ ਮੌਕਾ, ਐ ਦਵਾਂਗੇ MSP। ਹੁਣ ਬੀਬੀ ਨੂੰ ਪੁੱਛੀਦਾ, ਬੀਬੀ ਰਾਣੀ ਅੱਜ ਕਿੱਥੇ MSP? ਕਹਿੰਦਾ ਉਦੋਂ ਸਮਝ ਘੱਟ ਸੀ, ਹੁਣ ਸਮਝ ਆਈ। ਕਹਿੰਦਾ ਕੇਜਰੀਵਾਲ ਦਿੰਦਾ ਸੀ ਦਿੱਲੀ, ਉਹ ਨਿੰਬੂ ਜੇ ਨੂੰ ਲੈ ਆਓ, ਉਹਦੀ ਗਰੰਟੀਆਂ ਨੂੰ ਲੋਕ ਪੁੱਛਦੇ ਆ ਕਿ ਕਿੱਥੇ ਗਏ ਉਹਦੇ ਫਾਇਦੇ। ਇਸ ਲਈ ਮੇਰੇ ਵੀਰੋ, 6-6 ਫੁੱਟ ਦੇ ਬਾਰਡਰ ਦੀ ਰਖਵਾਲੀ ਕਰਨ ਵਾਲੇ, ਦੇਸ਼ ਨੂੰ ਨਾ ਦੇਣ ਵਾਲੇ, ਤੁਹਾਨੂੰ ਖੁਦ ਮੁਖਤਿਆਰੀ ਦੀ ਗੱਲ ਕਰਨ ਵਾਲੇ, ਤੁਹਾਡਾ ਲੋਹਾ ਦੇਸ਼ ਦੁਨੀਆ ਮੰਨਦੀ ਹੋਵੇ, ਤੁਹਾਨੂੰ ਵੀ ਕੋਈ ਨਿੰਬੂ ਜਾਂ 4.5 ਫੁੱਟ ਦਾ ਗਰੰਟੀ ਦੇਵੇ, ਕੋਈ ਤਰਸ ਕਰੋ ਆਪਦੇ ਤੇ, ਕੋਈ ਤਰਸ ਕਰੋ ਸਾਡੇ ਤੇ ਕਿ ਬਣ ਕੀ ਰਿਹਾ, ਕੀ ਬਣੂ ਦੁਨੀਆ ਦਾ? ਨਹੀਂ ਹੁਣ ਤਾਂ ਆਪ ਇਹ ਬਣਿਆ ਝੰਡੋਟੀ ਸਾਹਿਬ ਲਾ ਕੇ ਦੋ ਪੈਗ ਬੱਲੀਏ, ਚੱਲਦੀ ਪੰਜਾਬ ਦੀ ਗੱਡੀ ਰੇਲ ਗੱਡੀ। ਮੇਰੇ ਵੀਰੋ, ਆ ਇੱਥੋਂ ਆ ਖਲੋਤਾ, ਜਿਵੇਂ ਰਸ਼ੀਆ ਤੋਂ ਰਾਸ਼ਟਰਪਤੀ ਆ ਜਾਏ ਨਾ, ਪੁਤਿਨ, ਉਹਦੀ ਭਾਸ਼ਾ ਨੀ ਸਮਝ ਆਉਂਦੀ ਰਸ਼ੀਅਨ ਬੋਲਦਾ, ਮਕਰੋਨ ਆ ਜਾਏ ਫ੍ਰੈਂਚ ਬੋਲਦਾ, ਰਣਵੀਰ ਸਿੰਘ ਦੀ ਰਾਜਾ ਸਿੰਘ ਜੀ ਸਾਹਿਬ, ਤੁਹਾਨੂੰ ਸਮਝ ਆ ਗਈ, ਸਾਨੂੰ ਨੀ ਆਉਂਦੀ ਗਰੀਬਾਂ ਦੀ। ਇਹ ਜਾਓ ਜਿਹੜਾ ਜਨਾਲੇ ਫੜ ਕੇ ਲਿਆਏ ਆ ਸਾਡਾ ਵੀਰ ਟਮਾਤਰ, ਉਹ ਜਦੋਂ ਬੋਲਦਾ ਸ਼ੇਰ ਜੀ ਉਹਦੇ ਮੂੰਹ ਵੱਲ ਵੇਖਦੇ, ਕੁੱਲੀ ਕੀ ਜਾਂਦਾ, ਭਾਸ਼ਾ ਕਿਹੜੀ ਬੋਲਦਾ? ਜੋਸ਼ੀ ਸਾਹਿਬ, ਆਪਾਂ ਪ੍ਰੋਗਰਾਮ ਤੇ ਗਏ ਸੀ, ਉੱਥੇ ਕਿਹੜੇ ਇੰਡਸਟਰੀ ਦੇ ਵੀਰ ਸੀਗੇ, ਉਹਨਾਂ ਨੂੰ ਜਾ ਕੇ ਕਹਿੰਦਾ ਮੈਂ 20 ਸਾਲ ਅਮਰੀਕਾ ਰਿਹਾ। ਅੱਛਾ ਇੰਡਸਟਰੀ, ਹੁਣ ਸ਼ੇਰ ਜੀ ਤੁਹਾਨੂੰ ਪਤਾ ਪੜ੍ਹੇ ਲਿਖੇ ਲੋਕ ਹੁੰਦੇ ਆ, ਪਹਿਲਾ ਸ਼ੇਰ ਜੀ ਨੇ ਸਵਾਲ ਅੰਗਰੇਜ਼ੀ ਚ ਪੁੱਛ ਲਿਆ, ਉਹਨੂੰ ਕਹਿੰਦਾ ਨਾ 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 ਨਾ, ਕਹਿੰਦਾ ਅੰਗਰੇਜ਼ੀ ਚ ਗੱਲ ਨੀ ਕਰਦੀ, ਮੈਨੂੰ ਸਵਾਲ ਪੰਜਾਬੀ ਚ ਕਰੋ। ਉਹ ਕਹਿੰਦਾ ਹੁਣੇ ਤਾਂ ਤੁਸੀਂ ਕਹਿ ਗਏ ਕਿਉਂਕਿ 20 ਸਾਲ ਅਮਰੀਕਾ ਚ ਰਹੇ ਆ, ਤੇ ਮੈਂ ਪੁੱਛ ਲਿਆ ਅੱਗੇ ਉਹਦੀ ਪੰਜਾਬੀ ਵੀ ਇਹੋ ਜਿਹੀ ਸੀ ਕਿ ਕਦੇ ਟਮਾਤਰ, ਕਦੇ ਕੁਛ, ਕਦੇ ਬਾਲ ਸਾਹਿਬ ਇੱਕ ਵਾਰੀ ਤੁਹਾਡੀ ਸਿਹਤ ਖਰਾਬ ਹੋਈ ਸੀ, ਤੁਸੀਂ ਗਏ ਨੀ ਪ੍ਰੋਗਰਾਮ ਤੇ, ਤੇ ਕਿਸੇ ਨੇ ਪੁੱਛ ਲਿਆ ਕੀ ਹੋਇਆ, ਕਹਿੰਦਾ ਬਾਦਲ ਸਾਹਿਬ ਦੀ ਸਿਹਤ ਖਰਾਬ ਹੋ ਗਈ। ਬੋਲੀ ਜਾਵੇ, ਦੇਖੋ ਅੱਧੀ ਅਕਲ ਵੇਖ ਲਓ, ਮੈਂ ਹੈਰਾਨ ਆ ਕਿ ਬੇਸ਼ਰਮ ਹੀ ਕੋਈ ਨੀ। ਕਹਿੰਦਾ ਬਾਦਲ ਸਾਹਿਬ ਨੂੰ ਇਲੈਕਸ਼ਨ ਤਾਂ ਸ਼ੁਰੂ ਨੀ ਹੋਈ, ਤੱਤੀਆਂ ਲੱਗ ਗਈਆਂ ਤੱਤੀਆਂ। ਮੈਂ ਹੈਰਾਨ ਹੋ ਗਿਆ, ਮੇਰਾ ਵੀਰ ਉਹਦੇ ਨਾਲ ਤੱਤੀਆਂ ਵੀ ਨੀ ਖੜਾ ਹੋ ਗਿਆ, ਇਹ ਜਾ ਕੀ ਪਾਰਲੀਮੈਂਟ ਚ ਮਿਲਣਾ ਤਾਂ ਚਲੇ ਵੀ ਗਿਆ, ਮੋਦੀ ਸਾਹਿਬ ਤਾਂ ਉਹ ਬੋਲਣ ਜੋ ਕਿ ਬੋਲਦਾ ਕੀ, ਇਹਦੀ ਭਾਸ਼ਾ ਕੌਣ ਸਮਝੂ? ਤੇ ਮੇਰੇ ਵੀਰੋ, ਤੁਹਾਡੀ ਗੱਲ ਖੋਣ ਤੁਸੀਂ ਆ ਗਿਆ। ਹਾਂ, ਮਹਿਕਮੇ 4 ਸੀ, ਆ ਖੇਤੀਬਾੜੀ, ਰੂਰਲ ਡਿਵੈਲਪਮੈਂਟ, ਐਨੀਮਲ ਹਸਬੈਂਡਰੀ ਤੇ NRI। ਆ ਭਗਵੰਤ ਨੀ ਤਿੰਨੇ ਖੋਲੇ, ਇੱਕ ਕੱਲਾ NRI ਰਹਿ ਗਿਆ। NRI ਮਹਿਕਮੇ ਚ ਮੈਂ ਦੱਸ ਦਿੰਦਾ ਕੀ ਕੰਮ ਹੈ, ਸਵੇਰੇ ਮੱਖੀਆਂ ਮਾਰਨੀਆਂ ਸ਼ੁਰੂ ਕਰੋ, ਸ਼ਾਮ ਤੱਕ ਇੱਕ ਮੱਖੀ ਨੀ ਲੱਭਣੀ, ਦਫ਼ਤਰ ਚ ਕੰਮ ਕੋਈ ਆਈ ਕੋਈ ਨੀ। ਜਦੋਂ ਉਹਦੇ ਮਹਿਕਮੇ ਭਗਵੰਤ ਨੇ ਖੋਲੇ, ਭਗਵੰਤ ਨੇ ਕਹਿਤਾ ਕਿੱਡਾ ਨਿਕੰਮਾ, ਤੋਂ ਕੀ ਆਸ ਰੱਖਦੇ? ਇਸ ਲਈ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ, ਆ ਜਿਹੜਾ ਜੋਸ਼ੀ ਹੈਗਾ, ਤੈਨੂੰ ਇੱਕ ਗੱਲ ਦੀ ਵਧਾਈ ਆ, ਹੈ ਤਾਂ ਬੜਾ ਲੜਾਕੇ ਕਿਸਮ ਦਾ ਬੰਦਾ, ਲੋਕਾਂ ਨੀ ਲੜਦਾ, ਇਸ ਗੱਲ ਦੀ ਵਧਾਈ ਆ। ਕਈ ਵਾਰੀ ਬਾਦਲ ਸਾਹਿਬ ਹੋਮ ਮਿਨਿਸਟਰ ਸੀ, ਕਈ ਵਾਰੀ ਧਰਨਾ ਲਾਇਆ ਤੂੰ ਇੰਨਾ ਖਿਲਾਫ਼, ਮੈਂ ਤਾਂ ਤੇਰੀ ਇਸ ਗੱਲ ਤੋਂ ਸਹਿਮਤ ਆ, ਉਹਨੂੰ ਹੀ ਝੰਡਾ ਚੁੱਕ ਦਿੰਦਾ,
ਮੇਰਾ ਵੀਰ ਤੈਨੂੰ ਪਾਰਲੀਮੈਂਟ ਭੇਜ ਦੇ ਲਿਆ ਲੋਕਾਂ ਨੇ, ਮਗਰ ਝੰਡਾ ਚੁੱਕੀ ਉੱਥੇ ਜਾ ਕੇ ਕਿਸਾਨੀ ਦਾ, ਖੇਤ ਮਜ਼ਦੂਰਾਂ ਦਾ, ਅਡਾਨੀ ਅੰਬਾਨੀ ਦਾ 16 ਲੱਖ ਕਰੋੜ ਮਾਫ ਕਰਤਾ ਪੂੰਜੀਪਤੀਆਂ ਦਾ, ਆ ਕਿਸਾਨਾਂ ਦਾ ਕਿਤੇ 2 ਲੱਖ ਕਰੋੜ ਹੀ ਕਿਸਾਨਾਂ ਦਾ, ਖੇਤ ਮਜ਼ਦੂਰਾਂ ਦਾ ਮਾਫ ਹੋ ਜਾਏ, ਕੋਈ ਕਿਸਾਨ ਕਰਜਾਈ ਨਾ ਰਹਿ ਜੇ, ਖੁਦਕੁਸ਼ੀ ਨਾ ਕਰਨੀ ਪੈ ਜੇ। ਬਹਾਦੁਰ ਕੋ ਇਹਨਾਂ ਨੇ ਟ੍ਰੇਡ ਬੰਦ ਕਰਤਾ, ਤੇ ਅਡਾਨੀ ਦੇ ਸਮੁੰਦਰੀ ਤੱਟਾਂ ਤੋਂ ਜੋ ਮਰਜ਼ੀ ਬਾਹਰ ਭੇਜ ਦੋ, ਕੋਈ ਪੁੱਛ ਗਿੱਛ ਨਹੀਂ। ਕੀ ਇਹ ਇਨਸਾਫ ਹੈ? ਅੱਜ ਇਹ ਆਵਾਜ਼ ਉਠਾਉਣੀ, NSA ਜਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨੀ, ਜੇ ਉਹ ਡਿਫਾਲਟਰ ਬਾਬਾ, ਮੈਂ ਕਹਿੰਦਾ ਛਿੱਤਰਾਂ ਦਾ ਯਾਰ, ਧੋਖੇਬਾਜ਼ ਬੰਦਾ, ਬਾਬਾ ਸਾਧ ਔਰ ਰਾਮ ਰਹੀਮ, ਹਰ ਦੂਜੇ ਤੀਜੇ ਦਿਨ ਉਹਨੂੰ ਭਾਜਪਾ ਇਤਨਾ ਕੱਢ ਕੇ ਲਿਆਉਂਦੀ ਜਿਵੇਂ ਪਤਾ ਨੀ ਕਿਹੜਾ ਕਟਾਣੂ ਚੱਕਦਾ ਯਾਰ ਕੱਢ ਲਿਆ। ਉਹ ਜਿਹੀ ਅਜੇ ਹਰਕਤਾਂ ਉਹਨੂੰ ਕਰ ਸਕਦੇ ਆ, ਮਗਰ 28 ਸਾਲ ਜਿਨ੍ਹਾਂ ਨੇ ਦੇਸ਼ ਕੌਮ ਲਈ, ਅੱਜ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਤਹਿਤ ਤੇ ਜੇ ਕੋਈ ਫੈਸਲਾ ਕੀਤਾ, ਅੱਜ ਉਹਨਾਂ ਨੂੰ ਰਿਹਾਈ ਨੀ। ਕੀ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਨੀ? ਇਸ ਲਈ ਅਸੀਂ ਆਸ ਕਰਦੇ ਆ, ਉਮੀਦ ਕਰਦੇ ਆ, ਜੇ ਇਕੱਲਾ ਲੀਡਰ ਜਦੋਂ ਕਿਸਾਨੀ ਦਾ ਮੁੱਦਾ ਖੜਾ ਹੋਇਆ, ਇਹ ਜਿਗਰਾ ਚਾਹੀਦਾ, ਲੱਤਾਂ ਚ ਜਾਨ ਚਾਹੀਦੀ ਆ, ਖੋ ਕੇ ਮੋਦੀ ਦੇ ਖਿਲਾਫ਼ ਬੋਲਿਆ ਸੀ, ਆਹ ਮੇਰਾ ਵੀਰ ਬੋਲਿਆ, ਛੱਡੋ ਜਿਕਾਰਾ ਇਹਦੇ ਕੋਈ ਛੋਟੀ।